ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੱਬ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੱਬ ਹਾਊਸ ਪਟਿਆਲਾ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ। ਅਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਅਨ ਪ੍ਰਾਈਸ 'ਤੇ ਤੁਹਾਡੇ ਲਈ ਬਹੁਤ ਖੂਬਸੂਰਤ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਲੈ ਕੇ ਆਉਂਦੇ ਹਾਂ। ਅਤੇ ਜੇ ਤੁਸੀਂ ਸੂਟ ਘਰੇ ਮੰਗਵਾਉਣਾ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਹੋਊਗਾ, ਉਸ 'ਤੇ ਸਕਰੀਨਸ਼ਾਟ ਲੈ ਕੇ ਭੇਜਣਾ। COD ਅਸੀਂ ਨਹੀਂ ਕਰਦੇ, ਕੈਸ਼ ਔਨ ਡਿਲੀਵਰੀ ਨਹੀਂ ਹੈ ਆਪਣੇ ਕੋਲ, ਬਾਕੀ ਹੋਰ ਕਿਸੇ ਵੀ ਮੈਥਡ ਦੇ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ। ਅਤੇ ਜੇ ਤੁਸੀਂ ਸ਼ੋਪ 'ਤੇ ਆਉਣਾ ਹੈ ਤਾਂ ਸਾਡਾ ਐਡਰੈਸ ਹੈ ਕਲੀਅਰ ਕਲੌਕ ਹਾਊਸ, ਜੌੜੀਆਂ ਸੜਕਾਂ ਨੇੜੇ, ਢਿੱਲੋਂ ਖਾਨਵਰਡ, ਚੀਕੇ ਵਾਲਾ ਮੋੜ, ਪਟਿਆਲਾ। ਠੀਕ ਹੈ ਜੀ। ਲਓ ਜੀ, ਅੱਜ ਆਪਾਂ ਤੁਹਾਨੂੰ ਨਾ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ, ਆਉਣ ਵਾਲੇ ਦਿਨਾਂ 'ਚ ਤੁਸੀਂ ਸੂਟ ਜਿਹੜੇ ਆ ਤਿਉਹਾਰਾਂ ਲਈ ਸਟਿਚ ਕਰਾਉਣੇ ਆ, ਅਤੇ ਅੱਜ ਤੁਹਾਨੂੰ ਆਪਾਂ ਡਿਸਕਾਊਂਟ ਦੇ ਜਿਹੜੇ ਪੀਸ ਹੈ ਉਹ ਦੇ ਦਿੰਦੇ ਹਾਂ। ਠੀਕ ਹੈ। ਹਰੇਕ ਸੂਟ 'ਤੇ ਆਪਾਂ ਤੁਹਾਨੂੰ 300-400 ਤੱਕ ਦਾ ਡਿਸਕਾਊਂਟ ਦੇਵਾਂਗੇ। ਠੀਕ ਹੈ। ਅਤੇ ਲਓ ਜੀ, ਪਹਿਲਾਂ ਸੂਟ ਸ਼ੁਰੂ ਕਰਦੇ ਹਾਂ ਆਪਾਂ। ਇਹ ਹੈਗਾ ਜੀ ਕੈਮਰਿਕ ਦੇ ਉੱਤੇ, ਰਾਮ ਟੈਕਸ ਹੀ ਹੋਣਗੇ, ਆਰ ਟੈਕਸ ਅਤੇ ਰਾਮ ਟੈਕਸ ਦੇ ਸੂਟ ਹੋਣਗੇ ਜ਼ਿਆਦਾ। ਠੀਕ ਹੈ। ਇਹ ਆਪਾਂ ਤੁਹਾਨੂੰ ਦੇਣ ਲੱਗੇ ਹਾਂ ਕੈਮਰਿਕ ਕੋਟਨ ਰਾਮ ਟੈਕਸ ਦੀ। ਠੀਕ ਹੈ। ਉਹਦੇ ਉੱਤੇ ਖੂਬਸੂਰਤ ਪ੍ਰਿੰਟਿੰਗ ਅਤੇ ਨਾਲ ਇਹ ਤੁਹਾਨੂੰ ਸਾਰਾ ਵਾਈਟ ਵਾਲਾ ਵਰਕ ਮਿਲ ਰਿਹਾ, ਅਤੇ ਇਹ ਤੁਹਾਨੂੰ ਔਰਗੈਂਜ਼ਾ ਲਾ ਕੇ ਉਹਦੇ ਉੱਪਰ ਬੂਟੀਆਂ। ਠੀਕ ਹੈ। ਅਤੇ ਫਿਰ ਨੀਚੇ ਆ ਗਿਆ, ਨੀਚੇ ਆ ਕੇ ਫਿਰ ਹੈਵੀ ਵਰਕ ਹੋ ਰਿਹਾ ਹੈ। ਇਹ ਤੁਹਾਨੂੰ ਘੇਰਾ ਮਿਲੂਗਾ, ਇਹ ਤੁਹਾਨੂੰ ਵਰਕ ਹੋ ਗਿਆ। ਇਹ 3 ਮੀਟਰ ਦੀ ਤੁਹਾਨੂੰ ਇਹਦੇ ਨਾਲ ਬੋਟਮ ਮਿਲੂਗੀ ਕੈਮਰੀ ਕੋਟਨ ਦੀ, ਮੈਰੂਨ ਕਲਰ, ਰਾਣੀ ਮੈਰੂਨ ਜਿਹਾ ਕਲਰ ਹੈ, ਨਾ ਤਾਂ ਪੂਰਾ ਰਾਣੀ ਹੈ ਨਾ ਪੂਰਾ ਮੈਰੂਨ ਹੈ, ਰਾਣੀ ਮੈਰੂਨ ਜਿਹਾ। ਅਤੇ ਜਿਹੜੇ ਸ਼ਰਟ ਹੈ ਉਹ ਬੈਕ ਸਾਈਡ ਤੋਂ ਵੀ ਸੇਮ ਪ੍ਰਿੰਟ ਮਿਲੂਗਾ ਤੁਹਾਨੂੰ। ਲਓ ਜੀ, ਅੱਗੇ ਆਪਾਂ ਇਹਦੇ 'ਚ ਲੈਂਥ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਹੈਗਾ, 46-47 ਤੱਕ ਇਹਦੀ ਲੈਂਥ ਹੈ, ਅਤੇ ਪਲੱਸ ਮਾਈਨਸ ਹੋ ਸਕਦੀ ਹੈ। ਠੀਕ ਹੈ ਜੀ। ਫੈਬਰਿਕ ਬਹੁਤ ਸੋਹਣਾ ਰਾਮ ਟੈਕਸ ਬ੍ਰੈਂਡ ਦਾ ਰਹੂਗਾ, ਵਿਦਆਊਟ ਲਾਈਨਿੰਗ ਸੂਟ ਬਣ ਜੂਗਾ, ਲਵਾਉਣੀ ਹੈ ਲਾਈਨਿੰਗ ਉਹ ਤੁਹਾਡੀ ਆਪਣੀ ਇੱਛਾ ਹੈ। ਅਤੇ ਇਹਦੇ ਨਾਲ ਤੁਹਾਨੂੰ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ ਇਹ। ਲਓ ਜੀ, ਖੁੱਲ੍ਹਾ ਦੁਪੱਟਾ ਫੁੱਲ ਪਿਓਰ ਦਾ ਵਿਦ ਕੋਟਨ ਲੇਸ। ਠੀਕ ਹੈ। ਪਿਓਰ ਸ਼ਿਫੋਨ ਦਾ ਦੁਪੱਟਾ ਹੋਊਗਾ 2.5 ਮੀਟਰ ਦਾ। ਅਤੇ ਪ੍ਰਾਈਸ ਰੇਂਜ ਸਿਰਫ 2175 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਾ। ਐਕਸਟਰਾ ਸ਼ਿਪਿੰਗ ਚਾਰਜ ਤੁਸੀਂ ਇੰਡੀਆ 'ਚ ਕੋਈ ਨਹੀਂ ਦੇਣਾ। ਪਹਿਲਾਂ ਇਹ ਸੂਟ ਆਪਾਂ ਤੁਹਾਨੂੰ 2475 'ਚ ਦਿੱਤੇ ਆ, ਅਤੇ ਅੱਜ ਆਪਾਂ ਡਿਸਕਾਊਂਟ 'ਤੇ ਦੇਣੇ ਤੁਹਾਨੂੰ, ਕਿਉਂਕਿ ਸਾਡੇ ਕੋਲ ਕੋਈ ਕੋਈ ਸਿੰਗਲ ਹੈ ਅਤੇ ਕੋਈ ਦੋ ਬਸ ਉਹ ਵਾਲੀ ਚੀਜ਼ਾਂ ਤੁਹਾਨੂੰ ਦੇ ਦੇਣੀ ਹੈ। ਇਹ ਆਪਾਂ ਤੁਹਾਨੂੰ ਪਹਿਲਾਂ 2475 ਦਾ ਦਿੱਤਾ, ਅੱਜ ਆਪਾਂ ਦੇਵਾਂਗੇ 2175 ਦਾ। ਲਓ ਜੀ, ਅਗਲਾ ਸੂਟ ਇਹ ਹੈ ਜੀ ਆਰਟੈਕਸ ਦਾ ਬਿਊਟੀਫੁੱਲ, ਹਾਂ 6 ਮੀਟਰ ਵਾਲਾ ਸੂਟ ਹੈ ਇਹ। ਬਿਊਟੀਫੁੱਲ ਪ੍ਰਿੰਟਿੰਗ ਅਤੇ ਉਹਦੇ ਉੱਪਰ ਹੈਂਡ ਵਰਕ ਦਾ ਟੱਚ, ਸਾਰੇ ਫੁੱਲਾਂ ਦੇ ਉੱਤੇ ਤੁਹਾਨੂੰ ਹੈਂਡ ਵਰਕ ਦਾ ਟੱਚ ਮਿਲੂਗਾ, ਪਲੱਸ ਸਰਵੋਸਕੀ ਮਿਲੂਗੀ। ਸੂਟ ਬਹੁਤ ਸੋਹਣੇ ਹੈ, ਸਾਡੇ ਕੋਲ ਸਿੰਗਲ ਸਿੰਗਲ ਰਹੇਗੀ, ਏਅਰ ਕੂਲ ਫੈਬਰਿਕ ਰਹੂਗਾ ਇਹ। ਠੀਕ ਹੈ। ਬਹੁਤ ਸੋਹਣਾ ਫੈਬਰਿਕ ਹੁੰਦਾ ਇਹ, ਕੂਲ ਫੈਬਰਿਕ, ਰਾਮ ਟੈਕਸ ਦਾ ਏਅਰ ਕੂਲ ਦੇ ਨਾਂ 'ਤੇ ਆਉਂਦਾ ਅਤੇ ਆਰਟੈਕਸ ਦਾ ਕੂਲ ਦੇ ਨਾਂ 'ਤੇ ਆਉਂਦਾ, ਬਹੁਤ ਵਧੀਆ ਫੈਬਰਿਕ ਹੁੰਦਾ ਇਹ। ਅਤੇ ਨਾਲ ਤੁਹਾਨੂੰ ਇਹਦੇ ਬਾਰਡਰ ਦੇ ਉੱਤੇ ਸਾਰੇ ਦੇ ਉੱਤੇ ਹੈਵੀ ਵਰਕ ਮਿਲ ਰਿਹਾ, ਸੈਂਟਰ ਦੇ ਵਿੱਚ ਘੇਰਾ, ਜਿੰਨਾ ਮਰਜ਼ੀ ਤੁਸੀਂ ਘੇਰਾ ਬਣਾ ਲਿਓ। ਠੀਕ ਹੈ। ਪੂਰਾ ਹੀ ਤੁਹਾਨੂੰ ਘੇਰਾ ਮਿਲ ਜੂਗਾ, ਆਰਟੈਕਸ ਬ੍ਰੈਂਡ ਦਾ ਸੂਟ ਰਹੂਗਾ, ਫਾਲਸਾ ਕਲਰ ਹੈ, ਹਾਂ ਫਾਲਸਾ, ਡਾਰਕ ਫਾਲਸਾ ਕਲਰ ਹੈ। ਅਤੇ ਆਹ ਤੁਹਾਨੂੰ ਬੋਟਮ ਮਿਲੂਗੀ। ਠੀਕ ਹੈ। 3 ਮੀਟਰ ਦੀ, ਅਤੇ 3 ਮੀਟਰ ਹੀ ਮਿਲੂਗਾ ਸ਼ਰਟ ਪੀਸ, ਕਿਉਂਕਿ ਬਾਹਾਂ ਦਾ ਕੱਪੜਾ ਅਲੱਗ ਤੋਂ ਹੈ। 6 ਮੀਟਰ ਫੈਬਰਿਕ ਹੋ ਗਿਆ ਤੁਹਾਡੇ ਲਈ, ਫੈਬਰਿਕ ਬਹੁਤ ਸੋਹਣਾ ਹੈ, ਬਿਲਕੁਲ ਨਿਸ਼ਚਿੰਤ ਰਹਿਣਾ, ਵਿਦਆਊਟ ਲਾਈਨਿੰਗ ਸੂਟ ਰੈਡੀ ਹੋ ਜੂਗਾ। ਅਤੇ ਨਾਲ ਤੁਹਾਨੂੰ ਇਹਦੇ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ, ਇੱਥੋਂ ਤੁਹਾਨੂੰ ਜ਼ਿਆਦਾ ਕਲਰ ਕਲੀਅਰ ਹੋ ਜਾਂਦਾ ਫਾਲਸਾ, ਹੈ ਨਾ। ਹਾਂਜੀ। ਅਤੇ ਦੁਪੱਟਾ ਮੈਂ ਤੁਹਾਨੂੰ ਇਹਦਾ ਖੋਲ੍ਹ ਕੇ ਦਿਖਾਉਂਦੀ ਹੈ, ਪੂਰਾ ਦੁਪੱਟਾ ਖੂਬਸੂਰਤ, ਬਿਲਕੁਲ ਤਿਉਹਾਰਾਂ ਦੇ ਦਿਨਾਂ 'ਚ ਪਹਿਨਣ ਵਾਲੇ, ਆਉਣ ਵਾਲੇ ਦਿਨਾਂ 'ਚ ਜਿਹੜੇ ਪਹਿਨਣ ਵਾਲੇ ਸੂਟ ਨੇ ਇਹ। ਬਿਊਟੀਫੁੱਲ ਪ੍ਰਿੰਟਿੰਗ ਫੁੱਲ ਪਿਓਰ 2.5 ਮੀਟਰ। ਠੀਕ ਹੈ। ਅਤੇ ਪ੍ਰਾਈਸ ਰੇਂਜ ਪਹਿਲਾਂ ਸੀ 2475 ਅਤੇ ਹੁਣ ਹੈ 2175, 300 ਰੁਪਏ ਦਾ ਡਿਸਕਾਊਂਟ ਤੁਹਾਨੂੰ ਇਹ ਸੂਟ 'ਤੇ ਦੇਣਾ ਆਪਾਂ। ਅਗਲਾ ਇਹ ਵੀ ਆਰਟੈਕਸ ਬ੍ਰੈਂਡ ਦਾ ਹੈ, ਇਹ ਵੀ ਕੂਲ ਫੈਬਰਿਕ ਦੇ ਉੱਤੇ ਹੀ ਹੈ। ਠੀਕ ਹੈ। ਫੈਬਰਿਕ ਬਹੁਤ ਵਧੀਆ ਹੁੰਦਾ, ਕੂਲ ਸੋਲਿਡ ਫੈਬਰਿਕ ਹੁੰਦਾ, ਕਿ ਕੈਮਰਿਕ ਨਾਲੋਂ ਠੀਕ ਹੁੰਦਾ। ਅਤੇ ਇਹਨਾਂ ਦਿਨਾਂ ਦੇ ਵਿੱਚ ਪੈਣ ਵਾਲੀਆਂ ਚੀਜ਼ਾਂ ਨੇ, ਆਰੀ ਵਰਕ ਹੋਇਆ ਹੋਇਆ ਗਲੇ ਦੇ ਉੱਤੇ ਸਾਰਾ। ਠੀਕ ਹੈ। ਨਾਲ ਪੈਨਲ ਬਿਊਟੀਫੁੱਲ ਗਲਾ ਬਣਿਆ ਹੋਇਆ, ਅਤੇ ਨਾਲ ਇਹ ਵੀ ਪ੍ਰਿੰਟਿੰਗ ਦੇ ਉੱਤੇ ਹਾਈਲਾਈਟ ਹੈ ਆਰੀ ਵਰਕ ਦਾ, ਸਾਰੀ ਜਿੰਨਾ ਤੁਹਾਨੂੰ ਪ੍ਰਿੰਟ ਦਿਖ ਰਿਹਾ ਦੇਖੋ, ਸਾਰੇ ਦੇ ਉੱਤੇ ਹਾਈਲਾਈਟ ਹੋਇਆ ਹੋਇਆ ਬਰੀਕ ਥਰੈਡ ਨਾਲ। ਠੀਕ ਹੈ। ਸਟਾਈਲ ਦੇ ਵਿੱਚ ਪ੍ਰਿੰਟ ਹੋਇਆ ਹੋਇਆ, ਫਿਰ ਨੀਚੇ ਬਾਰਡਰ ਦੇ ਉੱਤੇ ਤੁਹਾਨੂੰ ਸਾਰੇ ਦੇ ਉੱਤੇ ਵਰਕ ਮਿਲ ਰਿਹਾ, ਕਲਰਫੁੱਲ ਵਰਕ ਮਿਲ ਰਿਹਾ ਤੁਹਾਨੂੰ, ਨੀਚੇ ਫੇਅਰ ਵਰਕ ਹੈ, ਸਾਰਾ ਮਤਲਬ ਆਰੀ ਵਰਕ ਨਾਲ ਭਰਿਆ ਹੋਇਆ। ਜਿੰਨਾ ਮਰਜ਼ੀ ਤੁਸੀਂ ਘੇਰਾ ਬਣਾ ਲਿਓ, ਜਿੰਨੀ ਮਰਜ਼ੀ ਲੈਂਥ ਬਣਾ ਲਿਓ। ਠੀਕ ਹੈ। ਦੇਖੋ ਲੁੱਕ, ਦੇਖੋ ਬਿਲਕੁਲ ਡਿਫਰੈਂਟ, ਪੜ੍ਹਿਆ ਲਿਖਿਆ ਸੂਟ ਹੈ ਇਹ। ਕੱਲ੍ਹ ਇੱਕ ਭੈਣ ਨੇ ਮੈਸੇਜ ਪਾਇਆ ਸੀਗਾ, ਕੁਛ ਪੜ੍ਹੇ ਲਿਖੇ ਸੂਟਾਂ ਦੀ ਵੀਡੀਓ ਹੋਰ ਬਣਾ ਦਿਓ, ਕੋਟਨ ਦੀਆਂ ਦੀ ਨਵਾਜ਼ੀ ਬਣਾ ਤੀ। ਠੀਕ ਹੈ। ਹਾਂ ਲਓ ਜੀ,
बैक साइड के उत्ते तुहानू ए वाला प्रिंट मिलेगा छोटी बूटी का, है ना, बहुत सोहना लगन वाला सूट। तो फिर आ गई बाजू, बाजू के उत्ते भी अद्धा मीटर थोड़ा अलग तो मिलना है, ठीक है, 6 मीटर फैब्रिक मिलेगा। तो ये जी बॉटम मिलेगी वो कंट्रास्ट मिलेगी, ये वाला बॉटम का फैब्रिक मिलेगा थोड़ा विदाउट लाइनिंग सूट रेडी होना थोड़ा। हूँ जी बॉटम है वह कलर ये वाली चीज़ ना मैच करते, ठीक है। तो नाल थोड़ा मिलेगा ये दुपट्टा फुल प्योर का जस्ट पिक सूट है, बहुत सोहनी बिल्कुल तुम ना अज तो समझो भी फ्री वाला ही सौदा है, बहुत सोहनी आइटम है। हलो आह दुपट्टा मिलेगा थोड़ा 2.5 मीटर का, वेरी ब्यूटीफुल। तो आह आने वाले दिन आराम पायो तुम, चाहे ड्यूटी पाओ चाहे घर पाओ, हंडन वाली चीज़ा ने बहुत खूबसूरत गिफ्ट करने लिए भी अगर त्यौहार आने हैं, थोनों बहुत सोहना सौदा है। ये भी आप पहला दिता सी 2475 च, तो हूँ देना है 2175। लो जी अगला सूट अगेन रामटेक्स का, ठीक है, रामटेक्स की कैमरिक बहुत सोहना फैब्रिक है, तो स्टाइल के कम हो प्रिंटिंग बहुत सोहनी है, छोटी छोटी प्रिंटिंग है, चैक जहा दिखता है तो वेद छोटी प्रिंटिंग, तो वो उपर वेरी ग्रेसफुल जहा वर्क, ठीक है, गले के उत्ते भी सारा वर्क होया वे, थ्रेड वर्क होया वे बहुत सोहना, फिर स्टाइल के इदा वर्क होया वे। तो ये थोनों मिलनी है ये बॉटम 3 मीटर जिदे उत्ते डॉट्स हो गए छोटे ब्रीक, तो नाल ये फुल प्योर का दुपट्टा होगा जोड़ा कि बहुत सोहना है। लो मैं पहला दूरा करके खोलती हूँ, वेरी ग्रेसफुल है, किसी भी एज ग्रुप को सूट ये सूट करता है, ठीक है, स्टाइल भी है तो ब्यूटी भी है, दोनों चीज़ें ये तो ग्रेसफुल भी बहुत है, ठीक है, सोबर जी चीज़ है। तो ये आप पहला दिता थोनू 2375 का, तो अज आप देना 2075 का, 300 रुपए का डिस्काउंट थोनू ये भी दे देना, सिंगल पीस है। अगला थोनू दें तुम कोई भी 2 सूट लाओगे ना, जो तुम 2 लाओगे अज की वीडियो चो तो 50 रुपए होर लैस हो जाएंगे 1 सूट के, मतलब जोड़ा वो 2.75 का है वह 2.25 का रह जूगा, ठीक है जी, 50 रुपये आप 2 सूट लैंडते। अगला भी रामटेक्स ब्रांड का ही होगा, कैमरिक कॉटन रहेगी, बहुत सोहनी कैमरिक कॉटन है, तो वो उपर बहुत सोहनी प्रिंटिंग के डॉट्स बने हुए थ्रेड के, तो फिर गले के उत्ते पट्टी है वर्क वाली पट्टी नहीं है वर्क है, फिर अगेन घेरे के उत्ते देखो पूरा हैवी वर्क, ठीक है, पूरा हैवी वर्क घेरे के उत्ते, अगेन लेसिंग द डिजाइन, तो 26 तो लैके 28 तक इन्हों का घेरा होंगे, तो नाल थोनू यह मिलेगी बॉटम, ठीक है, कैमरी कॉटन रहेगी, रामटेक्स ब्रांड की विदाउट लाइनिंग बनता है, पर तुम गेटअप बनाने लिए लाइनिंग लगानी है तो वो थोड़ी इच्छा है। तो आनू मिलेगा ये फुल प्योर का दुपट्टा, ता नहीं मैं पूरा खोलिया ता कि थोनू पहला प्रिंटिंग दिख जाए, छड़न वाली चीज़ नहीं है, जिस रेट पर अच्छा दे रही हूँ आप, ये तो गिफ्ट करने लिया अगले साल सौन लिए भी बहुत प्यारी, हूँ भी पहनगे तुम लाइनिंग लगा लो तो जिन्नी चर मर्जी पाई जाओ, इन्हों विदाउट लाइनिंग भी पैंती है। तो यह थोड़ा मिलेगा फुल प्योर के दुपट्टे के नाल, पहला सी 2375 का, तो अज मिलेगा 2075 का, 2 ले तो 2025 का रह जूगा, ठीक है जी। लो जी अगला देखते हैं, लो ये भी थोड़ा मिलेगा कूल फैब्रिक, कूल फैब्रिक है जी आर्टिक्स, ठीक है, आर्टिक्स के सारा जो थोड़ा फुल दिख रहे हैं आ सारे फुल फ्रंट के उत्ते ये सारे वर्क नाल रेडी हुए हैं, सारे तो वर्क हो रहे हैं, ठीक है, सारे फुलों के उत्ते जो फ्रंट के मिलने थोनू, बाकी तो सारी प्रिंटिंग है, फुल फुलों के उत्ते वर्क होया वे, बाजू के फुलों के उत्ते पेंट है, ठीक है, प्रिंट है यही। तो फिर नीचे आ गया घेरा पूरा हैवी, देखो पूरा हैवी घेरा नाल लेसिंग, थोनू मिलेगा 3 मीटर का बॉटम का फैब्रिक कूल, कोई सी थ्रू नहीं, कोई लाइनिंग नहीं, कुछ नहीं, मर्जी नाल लवानी है तो थोड़ी इच्छा है उदा तुम आराम नाल इनू इदा ही बना सकते हो। तो बैक साइड उत्ते थोनू सेम प्रिंट मिलेगा, आ थोनू मिलेगा दुपट्टा, देखो खूबसूरत दुपट्टा, दुपट्टे च बहुत ब्यूटी है, नेड़े फोकस करके दिखाने थोनू, 2.5 मीटर का दुपट्टा होगा फुल प्योर का, देखो ये मिल्की पेंट जहा होया हों, इन्हों बहुत सोहने लगते हैं दुपट्टे, ठीक है। तो प्राइस रेंज पहला सी 2375, तो हूँ थोनू मिलेगा 2075, जे तुम 2 ले फिर 2025 रह जूगा, ठीक है जी, 2075 सूट थोड़े घर पहुँच जाना है, ये एक ये कलर होगा कड़ा रंगा जहा कलर है वह सीगा सुकी मेहंदी टाइप जहा, हाँ तो यह थोड़ा मिलेगा हल्का जहा कड़ा रंगा टाइप जहा कलर है, बहुत प्यारी आइटम है,
कॉटन दी आइटमां ने अज सारी जिहड़ी तुहानू दे रही है, कोई एज बाउंड्री नहीं, जिहड़ा मर्जी बंदा इहनां नू सवा ले। ਇਹ ਤਾਂ ਬਿਲਕੁਲ ਕਲੈਕਸ਼ਨ ਵੀ ਡਿਫਰੈਂਟ ਹੈ, ਦੁਪੱਟੇ ਵਾਈਜ਼ ਵੀ ਤੇ ਸੂਟ ਦੀ ਪ੍ਰਿੰਟਿੰਗ ਤੇ ਵਰਕ ਵਾਈਜ਼ ਵੀ, ਹਰ ਤਰ੍ਹਾਂ ਨਾਲ ਇਹ ਡਿਫਰੈਂਟ ਲੁੱਕ ਦੇ ਵਿੱਚ ਸੂਟ ਤੁਹਾਡਾ ਰੈਡੀ ਹੋਣਾ ਹੈ। ਕਲੈਕਸ਼ਨ ਡਿਫਰੈਂਟ ਹੈ ਬਿਲਕੁਲ, ਬਹੁਤ ਪੜ੍ਹਿਆ ਲਿਖਿਆ ਜਿਹਾ ਸੂਟ ਹੈ, ਠੀਕ ਹੈ। ਤੇ ਘੇਰਾ ਤੁਸੀਂ ਮੰਨ ਕੇ ਚੱਲਿਓ 26 ਤੱਕ ਹੋਊਗਾ, 26 ਤੋਂ 28 ਦੇ ਵਿੱਚ ਹੁੰਦਾ, ਹੁਣ ਮੈਂ ਮਿਲ ਨਹੀਂ ਰਹੀ, ਠੀਕ ਹੈ। ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਇਹ 3 ਮੀਟਰ ਬੋਟਮ, ਤੇ ਨਾਲ ਤੁਹਾਨੂੰ ਇਹ ਮਿਲਣਾ ਖੂਬਸੂਰਤ ਦੁਪੱਟਾ, ਬਹੁਤ ਪਿਆਰਾ ਦੁਪੱਟਾ ਹੈ 2.5 ਮੀਟਰ ਦਾ, ਤੇ ਉੱਤੇ ਜਿਹੜਾ ਇਹਦੇ ਵਰਕ ਹੋਇਆ ਹੋਇਆ, ਜਿਹੜਾ ਪ੍ਰਿੰਟਿੰਗ ਹੋਈ ਵੀ ਹੈ, ਮਿਲਕੀ ਪ੍ਰਿੰਟਿੰਗ ਜੀ, ਬਹੁਤ ਸੋਹਣੀ ਹੈ, ਬਲੌਕ ਪ੍ਰਿੰਟਿੰਗ ਟਾਈਪ ਜਿਹਾ ਹੁੰਦਾ, ਠੀਕ ਹੈ। ਬਹੁਤ ਸੋਹਣੇ ਸੂਟ ਲੱਗਣੇ ਆ, ਬਹੁਤ ਪਿਆਰਾ ਦੁਪੱਟਾ, ਦੇਖੋ ਚਾਹੇ ਤੁਸੀਂ ਗਿਫਟ ਕਰੋ, ਚਾਹੇ ਤੁਸੀਂ ਆਪਣੇ ਲਈ ਲਓ, ਠੀਕ ਹੈ। ਪ੍ਰਾਈਸ ਰੇਂਜ 2375 ਤੋਂ 2075, ਦੋ ਲੈ ਲਓਗੇ ਤਾਂ 2025। ਅਗਲਾ ਦੇਖੋ, ਇੱਦਾਂ ਫਟਾਫਟ ਪਿੱਕ ਕਰਨ ਵਾਲੀਆਂ ਆਈਟਮ ਹੈ, ਸੋਚਣ ਵਾਲੀਆਂ ਤਾਂ ਹੈ ਹੀ ਨਹੀਂ, ਇਸ ਰੇਟ ਤੇ ਮਿਲ ਨਹੀਂ ਸਕਦੀਆਂ ਇਹ, ਠੀਕ ਹੈ ਜੀ। ਅਗਲਾ ਦੇਖੋ, ਫੈਬਰਿਕ ਬਹੁਤ ਸੋਹਣਾ ਹੈ, ਫੈਬਰਿਕ ਦੀ ਤਾਂ ਜਮਾਂ ਚਿੰਤਾ ਕਰਨੀ ਹੀ ਨਹੀਂ ਤੁਸੀਂ, ਬਹੁਤ ਪਿਆਰਾ ਫੈਬਰਿਕ ਹੈ, ਤੇ ਉਹਦੇ ਉੱਤੇ ਸਟਾਈਲ ਦੇ ਵਿੱਚ ਹੈਵੀ ਵਰਕ ਥਰੈਡ ਦਾ, ਦੋ ਫੁੱਲ ਪੂਰੇ ਹੈਵੀ, ਠੀਕ ਹੈ। ਫਿਰ ਨੀਚੇ ਘੇਰਾ, ਇਹ ਬਹੁਤ ਸੋਹਣੀ ਲੁੱਕ ਦੇ ਰਿਹਾ ਆਹ ਵਾਲੀ ਚੀਜ਼ ਦਾ, ਡਿਫਰੈਂਟ ਹੈ। ਫਿਰ ਲੇਸਿੰਗ ਦਾ ਫੁੱਲ ਡਿਜ਼ਾਈਨ, 3 ਮੀਟਰ ਤੁਹਾਨੂੰ ਫੈਬਰਿਕ ਮਿਲੂਗਾ ਸਲਵਾਰ ਦਾ, ਠੀਕ ਹੈ। ਵਿਦਆਊਟ ਲਾਈਨਿੰਗ ਤੁਹਾਡਾ ਸੂਟ ਰੈਡੀ ਹੋ ਜਾਣਾ, ਤੇ ਨਾਲ ਤੁਹਾਨੂੰ ਮਿਲ ਜਾਣਾ ਇਹ ਪਿਓਰ ਦਾ ਦੁਪੱਟਾ, ਤੇ ਤੁਸੀਂ ਬਣ ਜਾਣਾ ਮਿਲਣਾ। ਲਓ ਜੀ ਦੇਖੋ ਪ੍ਰਿੰਟਿੰਗ, ਦੇਖੋ ਦੁਪੱਟੇ ਦੀ, ਪਹਿਲਾਂ ਕਲਰ ਫਿਰ ਪ੍ਰਿੰਟਿੰਗ, ਤੇ ਪ੍ਰਾਈਸ ਸਿਰਫ 2075 ਤੋਂ, 75 ਤੋਂ ਘੱਟ ਕੇ 2075 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਣਾ, ਪੂਰਾ ਵਧੀਆ ਫੈਬਰਿਕ ਪਹੁੰਚੂਗਾ, ਬਿਲਕੁਲ ਚਿੰਤਾ ਨਹੀਂ ਕਰਨੀ। ਨੈਕਸਟ ਲੇਲਣ ਦਾ ਵੀ ਦਿਖਾਉਂਦੇ ਹਾਂ, ਜਿਹੜਾ ਸਿੰਗਲ ਪੀਸ ਪਿਆ ਸਾਡੇ ਕੋਲ, ਪੂਰਾ ਸੋਲਿਡ ਫੈਬਰਿਕ ਹੁੰਦਾ ਲੇਲਣ, ਠੀਕ ਹੈ ਜੀ। ਤੇ ਆਹ ਤੁਹਾਨੂੰ ਮਿਲੂਗਾ ਲੇਸਿੰਗ ਦਾ ਡਿਜ਼ਾਈਨ, ਤੇ ਉਹਦੇ ਉੱਪਰ ਵਰਕ, ਨੀਚੇ ਲੇਸ ਚੌੜੀ, ਫਿਰ ਉਹਦੇ ਉੱਤੇ ਵਰਕ, ਗਲੇ ਦੇ ਉੱਤੇ ਤੁਹਾਨੂੰ ਇਹ ਵਰਕ ਮਿਲੂਗਾ, ਠੀਕ ਹੈ। ਤੇ ਫਿਰ ਨੀਚੇ ਜਾ ਕੇ ਘੇਰੇ ਦੇ ਉੱਤੇ ਵੀ ਲੇਸ ਮਿਲੂਗੀ ਤੁਹਾਨੂੰ, ਲੇਸ ਦਾ ਡਿਜ਼ਾਈਨ ਪੂਰਾ ਹੈਵੀ ਬਣਿਆ ਹੋਇਆ, ਠੀਕ ਹੈ। ਸੈਂਟਰ ਦੇ ਵਿੱਚ ਹੈ, ਘੇਰਾ ਜਿੰਨਾ ਮਰਜ਼ੀ ਬਣਾ ਲਿਓ, ਬੈਕ ਸਾਈਡ ਤੋਂ ਬਾਹਾਂ ਨਿਕਲ ਆਉਣਗੀਆਂ ਤੁਹਾਡੀਆਂ, 5 ਮੀਟਰ ਰਨਿੰਗ ਦੇ ਵਿੱਚ ਸੂਟ ਹੈ, ਹੈ ਨਾ, ਹਾਂਜੀ। ਤੇ ਕਲਰ ਤੁਸੀਂ ਨੋਟ ਕਰ ਲਿਆ, ਮਿੱਠਾ ਪੀਲਾ ਜਿਹਾ ਕਲਰ ਹੈ, ਤੇ ਪੂਰਾ ਸੋਲਿਡ ਹੈ, ਬਿਲਕੁਲ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ, ਕੁਛ ਨਹੀਂ, ਲਿਨਨ ਕਾਟਨ, ਤੇ ਨਾਲ ਇਹ ਤੁਹਾਨੂੰ ਦੇਣਾ ਆਪਾਂ ਬਿਊਟੀਫੁੱਲ ਦੁਪੱਟਾ, 2.5 ਮੀਟਰ ਦਾ ਕੋਟੇ ਦਾ ਦੁਪੱਟਾ ਹੋਊਗਾ, ਤੇ 4 ਰੰਗ ਲਗਾ ਕੇ ਪੱਟੀਆਂ ਜੋੜ ਕੇ ਲੇਸ ਦੇ ਨਾਲ, ਤੇ ਉਹਦੇ ਵਿੱਚ ਪੈਚ ਵਰਕ, ਠੀਕ ਹੈ। ਪਿਓਰ ਕਾਟਨ ਹੋਊਗੀ ਦੁਪੱਟੇ ਦੀ, ਕਾਟਨ ਕੋਟਾ ਹੋਊਗਾ। ਆ ਲਓ ਜੀ ਖੂਬਸੂਰਤ ਦੁਪੱਟਾ, ਪੂਰਾ ਖੁੱਲ੍ਹਾ ਅਤੇ ਪੂਰੇ ਗੱਡਵੇਂ ਪੈਚਿਸ, ਅਤੇ ਇੰਨੇ ਸੋਹਣੇ ਜਿਹੇ ਸੂਟ ਦਾ ਪ੍ਰਾਈਸ ਪਹਿਲਾਂ ਸੀ 2375, ਅਤੇ ਹੁਣ ਹੈ 2075 ਦਾ ਸੂਟ ਤੁਹਾਡੇ ਘਰ ਆ ਜਾਣੇ। ਜੇ ਹੋਰ ਘਟਾਉਣੀ ਹੈ ਤਾਂ ਇੱਕ ਗੁਆਂਢੀਆਂ ਦਾ ਵੀ ਲੈ ਲਿਓ ਨਾਲ, ਫਿਰ 50 ਹੋਰ ਘਰ ਜਾਣਗੇ, ਠੀਕ ਹੈ ਜੀ। ਅਗਲਾ ਵੀ ਲਿਨਨ ਕਾਟਨ ਦੇ ਉੱਤੇ ਹੀ ਹੈ, ਠੀਕ ਹੈ। ਇਹ ਵੀ ਸਿੰਗਲ ਪੀਸ ਹੈ, ਲਾਈਨਸ ਦਾ ਪ੍ਰਿੰਟ, ਠੀਕ ਹੈ। ਮਿੱਠੇ ਮਿੱਠੇ ਕਲਰ, ਉਹਦੇ ਉੱਪਰ ਗਲੇ ਕੋਲ ਇੱਕ ਪੈਚ, ਬਿਊਟੀਫੁੱਲ ਜਿਹਾ ਪੱਟੀ ਲੱਗੀ ਹੋਈ ਹੈ, ਅਤੇ ਨਾਲ ਫਿਰ 3 ਪੈਚ ਤੁਹਾਨੂੰ ਹੋਰ ਮਿਲਣੇ ਆ, 2 ਘੇਰੇ 'ਤੇ ਅਤੇ 1 ਪੱਲੇ ਜਿਹਦੇ ਉੱਪਰ ਆ ਗਿਆ, ਠੀਕ ਹੈ। ਅਤੇ ਨਾਲ ਤੁਹਾਨੂੰ ਆ ਗਿਆ ਲੇਸ ਦਾ ਡਿਜ਼ਾਈਨ, ਲਾਸਟ ਵਿੱਚ ਵੀ ਤੁਹਾਨੂੰ ਲੇਸ ਲਾ ਕੇ ਫਾਈਨਲ ਕੀਤਾ ਹੋਇਆ, ਠੀਕ ਹੈ। ਅਤੇ 3 ਮੀਟਰ ਬੋਟਮ ਮਿਲੂਗੀ ਤੁਹਾਨੂੰ ਲੇਲਨ ਕਾਟਨ ਦੀ, ਇਹ ਰਾਮਟੈਕਸ ਬ੍ਰਾਂਡ ਦਾ, ਠੀਕ ਹੈ। ਇਸ ਤੋਂ ਪਹਿਲਾਂ ਵੀ ਜਿਹੜਾ ਲੇਲਨ ਦਾ ਹੈ ਸੀ ਉਹ ਰਾਮਟੈਕਸ ਦਾ ਹੀ ਹੈ, ਦੋਨੋਂ ਲੇਲਨ ਦੇ ਰਾਮਟੈਕਸ ਦੇ ਸੂਟ ਹੈ, ਠੀਕ ਹੈ। ਅਤੇ ਵਿਦਆਊਟ ਲਾਈਨਿੰਗ ਤੁਹਾਡਾ ਸੂਟ ਰੈਡੀ ਹੋ ਜਾਣਾ ਹੈ, ਡਿਊਟੀ 'ਤੇ ਪਾਓ, ਆਉਣ ਜਾਣ 'ਚ ਪਾਓ। ਅਤੇ ਹਜੇ ਇਹਦਾ ਬਿਊਟੀਫੁੱਲ ਦੁਪੱਟਾ ਦਿਖਾਉਣੀ ਤੁਹਾਨੂੰ ਮੈਂ, ਆ ਲਓ ਲਓ ਜੀ, ਖੂਬਸੂਰਤ ਦੁਪੱਟਾ, ਲੜਾਂ ਦੇ ਉੱਤੇ ਇਹਦੇ ਟਾਈ ਐਂਡ ਡਾਈ ਕੀਤਾ ਹੋਇਆ, ਅਤੇ ਉਹਨੂੰ ਫਿਰ ਲੇਸ ਦੇ ਨਾਲ ਪਾਰਟੀਸ਼ਨ ਦਿੱਤੀ ਹੋਈ ਹੈ, ਠੀਕ। ਅਤੇ 4 ਸਾਈਡ ਵੀ ਲੇਸ ਮਿਲਣੀ ਹੈ ਤੁਹਾਨੂੰ, ਬਹੁਤ ਪਿਆਰਾ ਜਿਹਾ ਡਿਜ਼ਾਇਨਿੰਗ ਕੀਤੀ ਵੀ ਹੈ, ਪੂਰਾ ਕੰਪਲੀਟ ਹੈ, ਕੁਛ ਨਹੀਂ ਕਰਨਾ, ਸਿਰਫ ਸਟਿਚ ਕਰਾਉਣਾ ਹੈ, ਉਹ ਵੀ ਵਿਦਆਊਟ ਲਾਈਨਿੰਗ। ਅਤੇ ਪ੍ਰਾਈਜ਼ 2375 ਤੋਂ ਘੱਟ ਕੇ ਸਿਰਫ 2075, ਯਾਨੀ ਕਿ ਸਟਿਚਿੰਗ ਦੇ ਪੈਸੇ ਵੀ ਅਸੀਂ ਦੇ ਤੇ, 2 ਸੂਟ ਲੈ ਲਏ ਤਾਂ ਪੂਰੀ ਸਟਿਚਿੰਗ ਦਿੱਤੀ ਜਾਣੀ। ਲਓ ਜੀ, ਇਹ ਤੁਹਾਨੂੰ ਮਿਲਣੀ ਹੈ ਗਲੇਸ 'ਤੇ, ਹਾਂਜੀ, ਠੀਕ ਹੈ। ਗਲੇਸ ਦਾ ਸੂਟ ਹੈ ਰਾਮਟੈਕਸ ਬ੍ਰਾਂਡ ਦਾ, ਅਤੇ ਉਹਦੇ ਉੱਪਰ ਬਲੌਕ ਪ੍ਰਿੰਟਿੰਗ ਪਲੱਸ ਵਰਕ, ਠੀਕ ਹੈ। ਬਹੁਤ ਡੈਲੀਕੇਟ ਜਿਹਾ ਕੰਮ ਹੋਇਆ ਹੋਇਆ, ਸਵੀਟ ਸਵੀਟ ਜਿਹਾ,
ਥੱਪਾ ਥੱਪੀ ਨਹੀਂ ਹੈ, ਬਹੁਤ ਬਰੀਕੀ ਨਾਲ। ਤੇ ਫਿਰ ਇਹਦੇ ਉੱਤੇ ਸਾਰੇ ਦੇ ਉੱਤੇ ਜਰੀ ਦੀ ਹਾਈਲਾਈਟਿੰਗ ਹੈ, ਸਾਰਾ ਜਿਹੜਾ ਤੁਹਾਨੂੰ ਆਹ ਵਾਲੀ ਚੀਜ਼ ਦਿਖ ਰਹੀ ਹੈ ਸਾਰੀ ਦੀ, ਠੀਕ ਹੈ। ਤੇ ਪਿੱਛੇ ਤੁਹਾਨੂੰ ਇਹਦੇ ਮਿਲੂਗਾ ਜੀ ਸੇਮ ਬਲੌਕ ਪ੍ਰਿੰਟ ਗੋਲਡਨ, ਠੀਕ ਹੈ। ਇਹ ਘੇਰਾ ਹੋ ਗਿਆ ਤੇ ਆਹ ਹੋ ਗਏ ਉੱਪਰ ਨੂੰ, ਠੀਕ ਹੈ। ਆਹ ਤੁਹਾਡੇ ਬੈਕ ਸਾਈਡ ਮਿਲੂਗੀ, 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ। ਸਲਵਾਰ ਤੁਹਾਨੂੰ ਜਿਹੜੀ ਉਹ ਸੇਮ ਫੈਬਰਿਕ ਦੀ ਪਲੇਨ ਮਿਲੂਗੀ, ਗਲੇਸ ਕਾਟਨ ਜਿਹੜੀ ਆਰਾਮ ਨਾਲ ਹੁਣ ਪੈਣੀ ਹੈ ਇਦੋਂ ਅੱਗੇ। ਤੇ ਨਾਲ ਤੁਹਾਨੂੰ ਮਿਲੂਗਾ ਇਹ ਦੁਪੱਟਾ, ਉਹਦੇ ਉੱਤੇ ਵੀ ਟੈਬੀ ਦਾ ਦੁਪੱਟਾ, ਹਾਂ ਟੈਬੀ ਦਾ ਦੁਪੱਟਾ ਭਰ ਕੇ ਪੂਰਾ ਬਲੌਕ ਪ੍ਰਿੰਟ ਡਬਲ ਸ਼ੇਡ ਦਾ। ਸੂਟ ਨੂੰ ਪਹਿਲਾਂ ਤੁਸੀਂ ਫੰਕਸ਼ਨ ਲਈ ਯੂਜ਼ ਕਰ ਲਓ ਅਤੇ ਉਦੋਂ ਬਾਅਦ ਆਰਾਮ ਨਾਲ ਜਿਵੇਂ ਮਰਜ਼ੀ ਇਹਨੂੰ ਘਰੇ ਪਾਈ ਫਿਰਿਓ। ਵਾਸ਼ੇਬਲ ਚੀਜ਼ ਹੈ, ਆਰਾਮ ਨਾਲ ਪਾਓ ਅਤੇ ਹੰਢਾਇਓ। ਡਬਲ ਸ਼ੇਡ ਹੋਣ ਕਰਕੇ ਇਹਦੇ 'ਚ ਗੈਟਅਪ ਬਹੁਤ ਸੋਹਣੀ ਆਈ ਹੈ। ਪਹਿਲਾਂ ਸੀ ਇਹ 2475, ਹਾਂ 2475, ਅਤੇ ਅੱਜ ਆਪਾਂ ਤੁਹਾਨੂੰ ਦੇਣਾ ਹੈ 2075। ਇਹਦੇ ਉੱਤੇ ਤੁਹਾਨੂੰ 400 ਦਾ ਡਿਸਕਾਊਂਟ ਦੇਵਾਂਗੇ। ਇਹ ਹੈ ਜੀ ਲਿਲਨ ਦੇ, ਲਿਲਨ ਤਾਂ ਹੁਣ ਪੈਣ ਵਾਲੀਆਂ ਚੀਜ਼ਾਂ ਨੇ ਇਹ। ਅਤੇ ਇਹਦੇ ਉੱਪਰ ਥਰੈਡ ਵਰਕ ਬੂਟੀ ਪੂਰੀ ਗੱਡਮੀ ਹੈ ਨਾ ਪੂਰੇ ਸ਼ਰਟ ਦੇ ਉੱਤੇ, ਅਤੇ ਨੀਚੇ 2 ਫੁੱਲ ਪੇਂਟ ਦੇ, ਅਤੇ ਅਗੇਨ ਫਿਰ ਹੈਵੀ ਵਰਕ ਘੇਰੇ ਦੇ ਉੱਤੇ ਤੁਹਾਨੂੰ ਵਿੱਚ ਔਰਗੈਂਜ਼ਾ ਦੇ ਫੁੱਲ ਔਰਗੈਂਜ਼ਾ ਲਗਾ ਕੇ, ਅਤੇ ਬਾਕੀ ਉੱਦਾਂ ਵਰਕ ਹੈ। ਬਹੁਤ ਬਰੀਕ ਵਰਕ ਹੋਇਆ ਵਾ ਅਤੇ ਬਹੁਤ ਸਫਾਈ ਦੇ ਨਾਲ, ਅਤੇ ਪੇਂਟ ਹੋਇਆ ਵਾ ਉਹ ਵੀ ਸਟਾਈਲ ਦੇ ਵਿੱਚ, ਬਹੁਤ ਸੋਹਣੇ ਲੁੱਕ ਦੇ ਵਿੱਚ ਤੁਹਾਡਾ ਫਰੰਟ ਜਿਹੜਾ ਉਹ ਭਰ ਜਾਣਾ। 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ, ਅਤੇ ਨਾਲ ਇਹਦੇ ਜਿਹੜਾ ਭਰਮਾ ਦੁਪੱਟਾ ਦੇਣਾ ਤੁਹਾਨੂੰ ਪੇਂਟ ਦਾ ਮਿਲੂਗਾ, ਦੁਪੱਟੇ ਦੇ ਉੱਤੇ ਪ੍ਰਿੰਟ, ਠੀਕ ਹੈ। ਟੈਬੀ ਦਾ ਦੁਪੱਟਾ ਅਤੇ ਪੂਰਾ ਭਰਮਾ ਪ੍ਰਿੰਟ ਹੈ, ਪੂਰਾ ਭਰਿਆ ਹੋਇਆ ਦੁਪੱਟਾ ਪੇਂਟ ਨਾਲ, ਪ੍ਰਿੰਟ ਨਹੀਂ ਪੇਂਟ, ਠੀਕ ਹੈ। ਹੈਂਡ ਪੇਂਟ ਦਾ ਸੂਟ ਹੈ, ਅਤੇ ਇਹਦਾ ਵੀ ਪ੍ਰਾਈਸ ਪਹਿਲਾਂ ਸੀ 2475 ਅਤੇ ਅੱਜ ਤੁਹਾਨੂੰ ਦੇਣਾ ਹੈ 2075 'ਚ, 2 ਲੈ ਲਏ ਤਾਂ 2025 'ਚ। ਫੈਬਰਿਕ ਇੰਨਾ ਕੁ ਜ਼ਿਆਦਾ ਸੋਲਿਡ ਹੈ ਵੀ ਤੁਸੀਂ ਸੂਟ ਛੱਡੋਗੇ ਜਦੋਂ ਵੀ ਛੱਡਿਆ, ਇਹ ਤੁਹਾਨੂੰ ਛੱਡਦਾ। ਇਹ ਵੀ ਰਾਮਟੈਕਸ ਦੇ ਹੀ ਨੇ ਸਾਰੇ, ਇਹ ਰਾਮਟੈਕਸ ਦਾ ਹੀ ਸੂਟ ਹੈ। ਇਹਦੇ ਵਿੱਚ ਵੀ ਇਹ ਤੁਹਾਨੂੰ ਪੂਰਾ ਮਿਲੂਗਾ ਘੇਰੇ ਦੇ ਉੱਤੇ ਵਰਕ, ਹੈਵੀ ਵਰਕ, ਠੀਕ ਹੈ, ਪੂਰਾ ਹੈਵੀ ਵਰਕ ਹੋਇਆ ਵਾ ਘੇਰੇ ਦੇ ਉੱਤੇ ਸੇਮ ਕਲਰ ਦੇ ਨਾਲ, ਅਤੇ ਸੇਮ ਜਿਹੇ ਕਲਰ ਲਗਾ ਕੇ ਘੇਰੇ ਦੇ ਉੱਤੇ ਤੁਹਾਨੂੰ ਪੇਂਟ ਮਿਲ ਰਿਹਾ, ਬਰੱਸ਼ ਪੇਂਟ ਬਹੁਤ ਸਫਾਈ ਦੇ ਨਾਲ, ਅਤੇ ਨਾਲ ਪੈਨਲ ਵਰਕ ਉੱਪਰ ਤੱਕ ਤੁਹਾਨੂੰ ਵਰਕ ਮਿਲੂਗਾ, ਠੀਕ ਹੈ। ਅਤੇ ਪਲੱਸ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ, ਅਤੇ ਨਾਲ ਇਹ ਦੁਪੱਟਾ। ਹੁਣ ਇਹ ਤੁਸੀਂ ਦੇਖੋ ਵੀ ਕਿਸੇ ਨੂੰ ਗਿਫਟ ਵੀ ਕਰਦੇ ਹਾਂ ਨਾ ਆਪਾਂ, ਅਤੇ ਅਗਲੇ ਨੂੰ ਲਿਫਾਫਾ ਖੋਲ੍ਹ ਕੇ ਸਵਾਦ ਆ ਜਾਣਾ ਵੀ ਇੰਨਾ ਸੋਹਣਾ ਸੂਟ ਦਿੱਤਾ, ਉੱਪਰੋਂ ਦੀ ਰਾਮਟੈਕਸ ਦੀ ਸਟੈਂਪਿੰਗ। ਲਓ ਜੀ ਆਹ ਤੁਹਾਨੂੰ ਮਿਲਣਾ ਪੂਰਾ ਹੈਵੀ ਚਮ ਚਮ ਕਰਦਾ ਲਸ਼ ਲਸ਼ ਕਰਦਾ ਦੁਪੱਟਾ ਟੈਬੀ ਦਾ, ਠੀਕ ਹੈ। ਅਤੇ ਪਾ ਕੇ ਤੁਸੀਂ ਵੀ ਪੂਰਾ ਲਸ਼ ਲਸ਼ ਕਰ ਉੱਠਣਾ, ਇੱਕੋ ਹੀ ਜ਼ਿੰਦਗੀ ਹੈ, ਲਸ਼ ਲਸ਼ ਕਰਦੇ ਰਿਹਾ ਕਰੋ। ਪ੍ਰਾਈਸ ਰੇਂਜ 2075, ਠੀਕ ਹੈ ਜੀ, ਹੋ ਗਏ ਹੋਈ, ਹਾਂਜੀ। ਸੋ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ, ਅਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ, ਅਤੇ ਜਲਦੀ ਜਲਦੀ ਆਪਣੇ ਆਪਣੇ ਪਿੱਕ ਕਰ ਲੈਣੇ ਸੂਟ, ਠੀਕ ਹੈ ਜੀ। ਅਤੇ ਲਾਈਕ ਸ਼ੇਅਰ ਅਤੇ ਕਮੈਂਟ ਉਹ ਜ਼ਰੂਰ ਕਰਨਾ, ਉਹਦੇ ਨਾਲ ਸਾਨੂੰ ਬਹੁਤ ਹੈਲਪ ਮਿਲਦੀ ਹੈ, ਤੁਹਾਨੂੰ ਵੀ ਸੌਖਾ ਸਾਨੂੰ ਵੀ ਸੌਖਾ, ਜੋ ਚੀਜ਼ ਤੁਸੀਂ ਲਿਖਵਾਉਂਦੇ ਹਾਂ ਉਹ ਅਸੀਂ ਜਲਦੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਬੇਟੀ ਨਾਲ ਮਿਲਾਂਗੇ।